ਸਾਬਕਾ ਮੰਤਰੀ ਮਨਜੀਤ ਸਿੰਘ ਕਲਕੱਤਾ ਤੇ ਉਹਨਾਂ ਦਾ ਧੜਾ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਟਕਸਾਲੀ ਅਕਾਲੀ ਦਲ ਲੀਡਰਾਂ ਨਾਲ ਜਾ ਖੜਾ ਹੈ। ਕਲਕੱਤਾ ਨਾਲ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਪ੍ਰਦੀਪ ਸਿੰਘ ਵਾਲੀਆ ਤੇ ਉਹਨਾਂ ਦੇ ਬੇਟੇ ਗੁਰਪ੍ਰੀਤ ਸਿੰਘ ਕਲਕੱਤਾ ਵੀ ਬਾਗੀ ਹੋ ਗਏ ਹਨ। ਇਹ ਦੋਵੇਂ ਲੀਡਰਾਂ ਨੇ ਅੰਮ੍ਰਿਤਸਰ ਵਿੱਚ ਟਕਸਾਲੀਆਂ ਨਾਲ ਖੜਨ ਦਾ ਐਲਾਨ ਕੀਤਾ ਹੈ। ਇਸ ਮੌਕੇ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਾਂਪੁਰਾ, ਡਾਕਟਰ ਰਤਨ ਸਿੰਘ ਅਜਨਾਲਾ ਅਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾ ਨੇ ਅਕਾਲੀ ਦਲ ਤੇ ਬਾਦਲ ਪਰਿਵਾਰ ਤੇ ਜੰਮ ਕੇ ਹਮਲੇ ਕੀਤੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਕਬਜ਼ੇ ਬਾਰੇ ਵੀ ਬਾਦਲ ਦਾ ਚਾਹ ਛੇਤੀ ਹੀ ਲਾ ਦੇਵਾਂਗੇ। ਉਹਨਾਂ ਨੇ ਇਹ ਟਿੱਪਣੀ ਬਾਦਲ ਦੇ ਉਸ ਬਿਆਨ ਤੇ ਕੀਤੀ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਜਿਸ ਦੇ ਕਬਜ਼ੇ ਹੇਠ SGPC ਹੈ ਉਹ ਅਕਾਲੀ ਦਲ ਹੈ। ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਨੇ ਬਾਦਲ ਪਰਿਵਾਰ ਦੀ ਅਗਵਾਈ ਵਿੱਚ ਬੱਜਰ ਪਾਪ ਕੀਤੇ ਹਨ, ਇਸ ਕਾਰਨ ਉਹਨਾਂ ਨੂੰ ਮਾਫੀ ਨਹੀਂ ਮਿਲ ਸਕਦੀ। ਬਿਲਕੁਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਜਿਹਦੇ ਤੇ ਕਬਜ਼ਾ ਉਹ ਹੀ ਅਸਲ ਅਕਾਲੀ ਦਲ ਹੈ। ਇਹ ਗੱਲ ਮੇਰਾ ਖਿਆਲ ਨਾਲ ਪਹਿਲੀ ਵਾਰ ਕਹੀ ਆ। ਇਸ ਗੱਲ ਤੋਂ ਇਹ ਵੀ ਸਾਬਤ ਹੁੰਦਾ ਕਿ ਜਿਹੜਾ ਉਹ ਕਹਿੰਦੇ ਨੇ ਸਾਡਾ ਇੰਟਰਵਿਊ ਦੱਸਣ ਸ਼੍ਰੋਮਣੀ ਅਕਾਲੀ ਦਲ ਦੇ ਮਸਲਿਆਂ ਦੇ ਵਿੱਚ, ਇਹ ਸਾਬਤ ਹੋ ਗਿਆ ਬਈ ਉਹਨਾਂ ਦਾ ਸਿੱਧਾ ਇੰਟਰਫੇਰੈਂਸ ਆ, ਇਹ ਗੱਲ ਤੱਕ ਸਾਬਤ ਹੋ ਗਈ। ਦੂਸਰਾ, ਤੁਸੀਂ ਪੁੱਛਿਆ ਇਲੈਕਸ਼ਨ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਇਲੈਕਸ਼ਨ ਆ ਉਹ ਅਸੀਂ ਲੜਾਂਗੇ ਔਰ ਜਿੱਤਾਂਗੇ। ਪਾਰਲੀਮੈਂਟ ਦੀ ਇਲੈਕਸ਼ਨ ਤੋਂ ਬਾਅਦ ਜੇ ਵੇਖਾਂਗੇ ਕੋਈ ਡਿਲੇ ਕਰਦੇ ਆ, ਕਿਉਂਕਿ ਸਾਰਿਆਂ ਦੇ ਕੰਸੈਂਸਸ ਇਹ ਹੋ ਜਾਈ ਆ ਉਸ ਦੇ ਚੰਗਾ ਲੱਗਿਆ ਕਿ ਇਲੈਕਸ਼ਨ ਜਿਹੜੀ ਆ ਉਹ ਹੋਏਗੀ। ਵੇਖੋ, ਇਸੇ ਤਰ੍ਹਾਂ ਜੇ ਮੁੱਢਲੇ ਪੜਾਅ 'ਤੇ ਫਿਰਦੇ ਹਾਂ, ਅਸੀਂ 16 ਤਰੀਕ ਨੂੰ ਆਪਣਾ ਸ਼੍ਰੋਮਣੀ ਅਕਾਲੀ ਦਲ ਬਣਾ ਰਹੇ, ਉਹਦਾ ਅਸੀਂ ਐਗਜ਼ੈਕਟਿਵ ਕਮੇਟੀ ਬਣਾਵਾਂਗੇ, ਉਹਦਾ ਪ੍ਰਧਾਨ ਬਣਾਵਾਂਗੇ, ਉਹਦਾ ਵਿਧਾਨ ਬਣਾਵਾਂਗੇ ਔਰ ਉਸ ਤੋਂ ਬਾਅਦ ਅਜੇ 5 ਮਹੀਨੇ ਪਾਰਲੀਮੈਂਟ ਦੀਆਂ ਇਲੈਕਸ਼ਨ 'ਚ ਪਏ ਨੇ, ਉਸ ਤੋਂ ਬਾਅਦ ਜਿਹੜੇ ਹੱਕਦਾਰ ਲੋਕ ਨੇ ਉਹਨਾਂ ਨੂੰ ਬਚਾਅ ਹੋਣ ਦਾ ਜ਼ਰੂਰ ਕਰਾਂਗੇ, ਹੁਣ ਵੀ ਕਰ ਰਹੇ ਹਾਂ। ਪਾਰਲੀਮੈਂਟ ਦੀ ਇਲੈਕਸ਼ਨ ਸਾਰੀਆਂ ਲੜੋਗੇ ਜੀ, ਸਾਰੀਆਂ ਸੀਟਾਂ ਦੇ ਅਜੇ ਨਹੀਂ ਕੋਈ ਫੈਸਲਾ। ਬ੍ਰਹਮਪੁਰਾ ਸਾਹਿਬ ਤੁਸੀਂ ਇੱਕ ਅਕਾਲੀ ਲੋਕਾਂ ਦੀ ਇਹ ਮੰਗ ਸੀ, ਇਸਤੀਫਾ ਇਹ ਗੱਲ ਤੋਂ ਮੈਂ ਕੋਰ ਕਮੇਟੀ ਦਾ ਮੈਂਬਰ ਸਾਂ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਂ, ਜਿਹੜੀ ਸਾਡੀ ਉਹ ਡਿਸਪਲਿਨਰੀ ਇੱਕ ਕਮੇਟੀ ਹੁੰਦੀ ਹੈ ਪਾਰਟੀ ਦੀ, ਉਹਦਾ ਮੈਂ ਚੇਅਰਮੈਨ ਸਾਂ, ਉਹਨਾਂ ਸਾਰੀਆਂ ਤੋਂ ਦੇਖ ਤੱਕ ਮੈਂ ਵੀ ਕਿਹਾ ਵੀ ਮੈਂ ਨਾ ਪਾਰਲੀਮੈਂਟ ਦੀ ਇਲੈਕਸ਼ਨ ਨੂੰ ਨਹੀਂ ਲੈਣਾ। ਇਹ ਵੀ ਨਹੀਂ ਪਰਸੋਂ ਇਹ ਦੱਸਾਂਗੇ ਹੋਏਗਾ ਸ਼੍ਰੋਮਣੀ ਅਕਾਲੀ ਦਲ ਬੇਰੁਜ਼ਗਾਰੀ ਆ, ਕਰਪਸ਼ਨ ਆ, ਤੇ ਖਾਸ ਕਰਕੇ ਜਿਹੜੇ ਕਿਸਾਨਾਂ ਦੇ ਮਸਲੇ ਆ ਉਹਨਾਂ ਨੇ ਹਿੱਤ ਕੀਤਾ, ਬਹੁਤ ਬੁਰੀ ਤਰ੍ਹਾਂ ਕੀਤਾ ਵਾ ਭਾਰਤੀ ਜਨਤਾ ਪਾਰਟੀ ਦੇ ਲੈਂਸ ਨੂੰ। ਖਿਲਾਫ ਨੇ ਭਰੇ ਪੀਤੇ ਪਏ ਨੇ ਲੋਕੀ, ਤੇ ਚਾਹੁੰਦੇ ਕੋਈ ਆ ਗਿਆ ਆਗੂ ਬਣ ਕੇ ਕੋਈ ਰਹਿ ਪਾਈ ਕਰੂਗਾ, ਇਹ ਕੋਈ ਗੱਲ ਆਪਣੀ ਕਰ ਸਕਦਾ ਸਾਡੇ ਆਉਣ ਵਾਲੇ ਦਾ ਚੁੱਪ ਕਰਕੇ ਬੈਠੇ ਨੇ।